ਸਸ਼ੀ ਕਾਲ ਜੀ ਸਵੇਰ ਦੀ ਮੇਰੀ ਸ਼ੁਰੂਆਤ ਹੋਈ ਕੋਸਾ ਪਾਣੀ ਪੀਣ ਨਾਲ ਉਸ ਤੋਂ ਬਾਅਦ ਮੈਂ ਕਿਚਨ ਦੇ ਨਿੱਕੇ ਮੋٹے ਕੰਮ ਕੀਤੇ ਸਵੇਰੇ ਜਿਹੜੇ ਕਰਨੇ ਹੁੰਦੇ ਆ ਫਿਰ ਮੈਂ ਗਈ ਸਿਆਰ ਕਰਨ ਹੁਣ ਕਾਫੀ ਲੋਕ ਘੁੰਮਦੇ ਹੁੰਦੇ ਸਿਆਰ ਕਰਦੇ ਮੌਸਮ ਥੋੜਾ ਸਹੀ ਹੋ ਗਿਆ ਏ ਇਸ ਟਾਈਮ 6 ਵਜੇ ਦੇ ਕਰੀਬ ਘਰ ਆ ਕੇ ਮੈਂ ਰੱਸੀ ਖੁੱਦੀ ਡੇਲੀ ਹੈਬਿਟ ਬਣ ਗਈ ਹੁਣ ਮੇਰੀ ਇਹ ਐਕਸਰਸਾਈਜ਼ ਕੀਤੀਆਂ ਅੱਜ ਇਹ ਮੈਂ ਅਲੱਗ ਐਕਸਰਸਾਈਜ਼ ਦੀ ਵੀਡੀਓ ਬਣਾਈ ਜਿਹੜੀਆਂ ਮੈਂ ਡੇਲੀ ਕਰਦੀ ਆ ਉਸ ਤੋਂ ਬਾਅਦ ਜੀ ਮੈਂ ਨਾ ਤੋਕੇ ਕਿਚਨ ਦੇ ਵਿੱਚ ਆ ਗਈ ਆਪਣੀ ਡਾਈਟ ਦੀ ਤਿਆਰੀ ਕੀਤੀ ਅੱਜ ਮੈਂ ਪਾਠ ਜਿਹੜਾ ਮੈਂ ਡੇਲੀ ਕਰਦੀ ਆ ਉਹ ਸਕੂਲ ਜਾ ਕੇ ਕੀਤਾ ਸੀ ਮੈਂ ਘਰ ਮੇਰੇ ਕੋਲ ਟਾਈਮ ਨਹੀਂ ਸੀ ਬੇਟੇ ਨੂੰ ਉਠਾਣਾ ਸੀ ਖੁਦ ਸਕੂਲ ਲਈ ਰੈਡੀ ਹੋਣਾ ਸੀ ਸਕੂਲ ਜਾ ਕੇ ਮੈਂ ਆਪਣੇ ਫਰੂਟ ਖਾਈ ਜਿਹੜੇ ਲੈ ਕੇ ਜਾਂਦੀ ਆ ਲੰਚ ਦੇ ਵਿੱਚ ਅੱਜ ਚਨੇ ਸੀ ਤੇ ਦੋ ਫੁਲਕੇ ਘਰ ਆ ਕੇ ਘਰ ਦੇ ਨਿੱਕੇ ਮੋٹے ਕੰਮ ਕੀਤੇ ਉਸ ਤੋਂ ਬਾਅਦ ਸੈਰ ਕਰਨ ਗਈ ਫੇਰ ਘਰ ਆ ਕੇ ਰੱਸੀ ਕੁੱਦੀ ਡੇਲੀ ਜਿਹੜੀਆਂ ਐਕਸਰਸਾਈਜ਼ ਕਰਦੀਆਂ ਉਹ ਵਾਲੀਆਂ ਐਕਸਰਸਾਈਜ਼ ਕੀਤੀਆਂ ਕ੍ਰੋਸ ਲੈਗ ਕੀਤੇ ਮੈਂ ਡਿਨਰ ਦੇ ਵਿੱਚ ਚਨੇ ਦੀ ਸਬਜ਼ੀ ਦੇ ਨਾਲ ਮੱਕੀ ਦੀ ਰੋਟੀ ਸੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਅੱਜ ਦਾ ਦਿਨ ਮੇਰਾ ਬਹੁਤ ਵਧੀਆ ਗਿਆ ਜੀ ਤੇ ਇਹ ਹੈ ਮੇਰੀ ਅੱਜ ਦੀ ਸੈਲਫੀ ਇਦਾਂ ਬਲੌਗ ਦਾ ਐਂਡ ਹੁੰਦਾ ਹੈ ਜੀ